ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ। ਕਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਸ ਕਰੋਨਾ ਦਾ ਕਹਿਰ ਜਾਰੀ ਹੈ, ਜਿਸ ਨੂੰ ਅਹਤਿਆਤ ਵਰਤਦੇ ਹੋਏ ਸਰਕਾਰਾਂ ਵੀ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕਰ ਰਹੀਆਂ ਨੇ, ਪਰ ਜੇਕਰ ਗੱਲ ਕਰੀਏ ਇਸ ਕਰੋਨਾ ਵਾਇਰਸ ਦੀ ਪੰਜਾਬ ਦੀ ਸਥਿਤੀ ਦੀ ਵੀ, ਤੇ ਦਿਨ ਬਰ ਦਿਨ ਪੰਜਾਬ ਦੇ ਵਿੱਚ ਵੀ ਜਿਹੜੇ ਮਰੀਜ਼ ਨੇ ਕਰੋਨਾ ਵਾਇਰਸ ਦੇ ਵੱਧਦੇ ਜਾ ਰਹੇ ਨੇ। ਅਸੀਂ ਇਸ ਵੇਲੇ ਡੇਰਾ ਬਾਬਾ ਨਾਨਕ ਦੇ ਜੌੜੀਆਂ ਪਿੰਡ ਦੇ ਵਿੱਚ ਮੌਜੂਦ ਹਾਂ, ਤੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਇਸ ਪਿੰਡ ਨੂੰ ਜਿਹੜਾ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਸੀਲ ਕਰ ਦਿੱਤਾ ਗਿਆ, ਤੁਸੀਂ ਵੇਖ ਸਕਦੇ ਹੋ ਕਿ ਕਿੱਦਾਂ ਇੱਥੇ ਜਿਹੜਾ ਬਾਂਸ ਲਗਾ ਕੇ ਪਿੰਡ ਨੂੰ ਸੀਲ ਕੀਤਾ ਗਿਆ। ਨਾ ਪਿੰਡ ਦੇ ਵਿੱਚ ਕੋਈ ਆ ਸਕਦਾ, ਨਾ ਕੋਈ ਜਾ ਸਕਦਾ। ਤੇ ਖਾਸ ਗੱਲ ਜੇ ਮੈਂ ਤੁਹਾਨੂੰ ਵਿਖਾਉਣੀ ਚਾਹਾਂ ਤਾਂ ਇੱਥੇ ਇੱਕ ਕਰੋਨਾ ਵਾਇਰਸ ਨਾਮ ਦਾ ਪੁਤਲਾ ਵੀ ਬਣਾ ਕੇ ਰੱਖਿਆ ਗਿਆ, ਜਿਸ ਦੇ ਉੱਤੇ ਲਿਖਿਆ ਗਿਆ ਮੇਰੇ ਕੋਲੋਂ ਆਪ ਭਜੋ, ਥੱਲੇ ਕਰੋਨਾ ਵੀ ਲਿਖਿਆ ਹੋਇਆ। ਕਿਤੇ ਨਾ ਕਿਤੇ ਲੋਕਾਂ ਨੂੰ ਪਿੰਡ ਵਾਲਿਆਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਨਾਮੁਰਾਦ ਬਿਮਾਰੀ ਹੈ, ਇਹ ਇਸ ਤੋਂ ਆਪ ਹੀ ਬਚਣ ਦੀ ਲੋੜ ਹੈ, ਆਪਣੇ ਘਰਾਂ ਦੇ ਵਿੱਚ ਰਹਿਣ ਦੀ ਲੋੜ ਹੈ। ਅਤੇ ਸਾਡੇ ਨਾਲ ਕੁਛ ਪਿੰਡ ਵਾਲੇ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਅਤੇ ਹਾਂਜੀ, ਕੀ ਕਹਿਣਾ ਚਾਹੁੰਦੇ, ਕੀ ਨਾਮ ਆ ਤੁਹਾਡਾ ਅਤੇ ਕਿਉਂ ਤੁਸੀਂ ਪਿੰਡ ਨੂੰ ਬੰਦ ਕੀਤਾ? ਕਬਲਜੀਤ ਸਿੰਘ। ਕਿਉਂ ਬੰਦ ਕੀਤਾ ਪਿੰਡ ਨੂੰ? ਇਸੇ ਕਰਕੇ ਕੀਤਾ ਵੀ ਸਾਡੇ ਪਿੰਡ 'ਚ ਨਾ ਦਾਖਲ ਹੋ ਸਕੇ ਕਰੋਨਾ, ਕਿਉਂਕਿ ਆਪਣੇ ਜ਼ਿਲ੍ਹਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅਜੇ ਕੋਈ ਵੀ ਇਹ ਕੇਸ ਨਹੀਂ ਆਇਆ। ਅਸੀਂ ਚਾਹੁੰਦੇ ਹਾਂ ਕੋਈ ਬਾਹਰ ਦਾ ਬੰਦਾ ਪਿੰਡ 'ਚ ਨਾ ਆਏ, ਦਾਖਲ ਹੋਏ। ਅਤੇ ਜੇ ਕੋਈ ਬਾਹਰ ਦਾ ਬੰਦਾ ਆਏਗਾ ਤਾਂ ਉਹ ਸਾਡੇ ਵਾਸਤੇ ਵੀ ਮਾੜਾ, ਪਿੰਡ ਵਾਸਤੇ ਵੀ। ਜੀ, ਤੁਸੀਂ ਸਾਡੇ ਤੋਂ ਤਾਂ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਲੋਕ ਜਿਹੜੇ ਅਵੇਅਰ ਨੇ, ਸਾਡੇ ਨਾਲ ਹੋਰ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਤੁਸੀਂ ਦੱਸੋ ਜੀ ਕੀ ਨਾਂ ਹੈ ਅਤੇ ਕੀ ਕਹਿਣਾ ਚਾਹੁੰਦੇ ਇਸ ਕਰੋਨਾ ਵਾਇਰਸ ਨੂੰ? ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅਸੀਂ ਦਿਵਿਆ ਪੰਜਾਬ ਚੈਨਲ ਦੇ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀ ਸਾਡੇ ਪਿੰਡ ਜੌੜੀਆਂ ਕਲਾਂ, ਜੋ ਕਿ ਇਸ ਟਾਈਮ 'ਤੇ ਕਰੋਨਾ ਵਾਇਰਸ ਦੀ ਬਿਮਾਰੀ ਜਿਸ ਨੇ ਕਿ ਸਾਰੀ ਦੁਨੀਆ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ, ਔਰ ਹਿੰਦੁਸਤਾਨ 'ਚ ਵੀ ਔਰ ਪੰਜਾਬ 'ਚ ਵੀ ਕਾਫੀ ਬਿਮਾਰੀ ਦਾ ਜ਼ੋਰ ਹੈ। ਔਰ ਸਾਡੇ ਪਿੰਡ ਦੇ ਸਿਆਣੇ, ਜੋ ਸਾਡੇ ਬਜ਼ੁਰਗ ਹੁਣ ਵੀ ਸਾਡੇ ਨਾਲ ਹਾਜ਼ਰ ਨੇ, ਇਹਨਾਂ ਦੀ ਸਲਾਹ ਦੇ ਨਾਲ ਹੀ ਅਸੀਂ ਪਿੰਡ ਦੇ ਵਿੱਚ 4 ਜਗ੍ਹਾ ਨਾਕੇ ਲਾਏ ਹਨ। ਔਰ ਪਿੰਡ ਇੰਟਰ ਹੁੰਦਿਆਂ ਹੀ ਸਾਡੇ ਕ੍ਰਿਸ਼ਨ ਭਾਈਚਾਰੇ ਦੇ ਜਿਹੜੇ ਵੀਰ ਨੇ, ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉੱਥੇ ਨਾਕਾ ਲਾਇਆ ਹੈ। ਦੂਸਰੇ, ਸਾਡੇ ਇੱਥੇ ਵੀ ਅਸੀਂ ਗਲੀਆਂ ਕਵਰ ਕੀਤੀਆਂ ਉੱਪਰਲੇ ਪਾਸੇ ਵੀ, ਔਰ ਪਿੰਡ ਦੇ ਸੈਂਟਰ ਵਿੱਚ ਵੀ ਸਾਡੇ ਨੌਜਵਾਨ ਵੀਰਾਂ ਨੇ ਬਹੁਤ ਹੀ ਤਹਿ ਦਿਲੀ ਨਾਲ ਆਪਣੀ ਡਿਊਟੀ ਦੇ ਰਹੇ ਹਨ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਦੇ ਆਪਾਂ ਡਿਊਟੀਆਂ ਨਹੀਂ ਲਾਈਆਂ, ਆਪਣੀ ਮਰਜ਼ੀ ਨਾਲ ਡਿਊਟੀਆਂ ਦੇ ਰਹੇ ਨੇ। ਔਰ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਆਪਾਂ ਇਕੱਠ ਨਹੀਂ ਕਰਨਾ, ਔਰ ਅਸੀਂ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਇਸ ਬਿਮਾਰੀ ਤੋਂ ਆਪਾਂ ਲਾਮਤ ਤੋਂ ਦੂਰ ਰਹਿਣਾ ਹੈ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਦਿਵਿਆ ਪੰਜਾਬ ਚੈਨਲ ਦੇ ਸਾਡੇ ਇੱਥੇ ਆਏ ਹਨ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੇ ਰਸਤੇ ਇਹ ਬੰਦ ਕੀਤੇ ਜਾ ਰਹੇ ਨੇ, ਅਤੇ ਪਿੰਡ ਵਾਲੇ ਵੀ ਜਿਹੜੇ ਇਸ ਪਿੰਡ ਦੇ ਵਿੱਚ ਜਿਹੜੇ ਨਾ ਆਉਣ। ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਕਰੋਨਾ ਵਾਇਰਸ ਕਦੋਂ ਪੂਰੇ ਭਾਰਤ ਦੇ ਵਿੱਚੋਂ ਖਤਮ ਹੁੰਦਾ, ਅਤੇ ਕਦੋਂ ਜਿਹੜਾ ਜਨ ਜੀਵਨ ਆ ਪਹਿਲਾਂ ਦੀ ਤਰ੍ਹਾਂ ਜਿਹੜਾ ਦੁਬਾਰਾ ਚੱਲ ਪਾਉਂਦਾ। ਕੈਮਰਾਮੈਨ ਮੂਲਜ ਭੱਟੀ ਦੇ ਨਾਲ ਸਾਹਿਲ ਮਹਿਤਾ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।